ਨਵਾਂ ਮੰਗਾ ਕੇ ਰੱਖੋ ਡਰੋ ਨਾ ਆਪਣਾ ਕੰਮ ਕਰੋ ਠੀਕ ਹੈ ਆ ਜਾ ਇਹ ਕੀ ਲਿਖਿਆ ਠੀਕ ਹੈ ਪਾਣੀ ਤਾਂ ਬਹੁਤ ਆ ਹੈਲੋ ਭਾਈ ਆਲੂ ਮਟਰ ਹੈ ਗੋਭੀ ਹੈ ਕਾਲੇ ਛੋਲੇ ਨੇ ਮਟਰ ਪਨੀਰ ਹੈ ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਓ ਕੀ ਬਣਾਇਆ ਮਾਸੂਮ ਬੱਚਾ ਦਾ ਹਾਲ ਕਿਹਦਾ ਉਹ ਤਾਂ ਟਰੱਕ ਖਰਾਬ ਆ ਰਹੇ ਜੀ ਓਏ ਮਾਸੂਮ ਬੱਚੇ ਦੀ ਗੱਲ ਕਰਦਾ ਮੈਂ ਹੋ ਕੀ ਗਿਆ ਜਿਵੇਂ ਮੈਨੂੰ ਕੁਛ ਪਤਾ ਹੀ ਨਹੀਂ ਜਿਵੇਂ ਮੈਨੂੰ ਕੁਛ ਦਿੰਦਾ ਹੀ ਨਹੀਂ ਏ ਮਾਈ ਹਾਏ ਮਰ ਗਈ ਮੈਂ ਅਕਲ ਦਾ ਅੰਨਾ ਜ਼ਰੂਰ ਹਾਂ ਪਰ ਮੈਂ ਦਿਮਾਗ ਦਾ ਅੰਨਾ ਜ਼ਰੂਰ ਹਾਂ ਪਰ ਅੱਖਾਂ ਦਾ ਅੰਨਾ ਨਹੀਂ ਤੇਰੇ ਭਾਜੀ ਮੈਨੂੰ ਕੁਛ ਦਿੰਦਾ ਹੀ ਨਹੀਂ ਮੇਰਾ ਨਾਂ ਲਾਲ ਸਿੰਘ ਲੰਡਾਰੂ ਹੈ ਲੰਡਾਰੂ ਆ ਗੱਲ ਸੁਣ ਮੇਰੀ ਉਈ ਟੁੱਟੇ ਛਿੱਤਰ ਮੰਗੂ ਬਾਲਾ ਪਾਦਾ ਨਾ ਜਾ ਮੈਂ ਕੋਈ ਕਤਲ ਕੀਤਾ ਮੈਂ ਕੋਈ ਇਹ ਕੀ ਹੈ ਇਹ ਪੈਪਸੂਲੈਂਟ ਆ ਭਾਈ ਪੈਪਸੂਲੈਂਟ ਕੀ ਹੁੰਦਾ ਯਾਰ ਉਹ ਜਨਾਬ ਵਧੀਆ ਖਾਣਾ ਬਣਾਉਣ ਵਾਲਾ ਢਾਬਾ ਜਿਹਨੂੰ ਆਪਾਂ ਰੈਸਟੋਰੈਂਟ ਕਹਿੰਦੇ ਆ ਉਹ ਅਨਪੜ ਉਹਨੂੰ ਪੈਪਸੂਲੈਂਟ ਕਹਿੰਦੀ ਆ ਸ਼ਰਾਬ ਸੜਿਆ ਅਫਸਰ ਮੈਂ ਕਿ ਤੂੰ ਪਾਇ ਗਿਆ ਮੈਂ ਅਨਪੜ ਵਧੀ ਜੇ ਮਾਰਿਆ ਨਾ ਮੂੰਹ ਤੇ ਡੰਡਾ ਫਿਰ ਲੋਕ ਕਹਿਣਗੇ ਪੁਲਿਸ ਦੇ ਹੱਥੋਂ ਪੁਲਿਸ ਕੁੱਟੀ ਗਈ ਆਏ ਓਏ ਮੈਨੂੰ ਲੱਗਦਾ ਹੁਣ ਡੰਡੇ ਨੂੰ ਤੇਲ ਲਾਉਣਾ ਹੀ ਪਊ ਸਾਹਿਬ ਜੀ ਡੰਡੇ ਨੂੰ ਤੇਲ ਕਿਉਂ ਲਾਉਣਾ ਆਪਾਂ ਕਿਉਂ ਹੀ ਲਾ ਦਿੰਦੇ ਆ ਉਹ ਮੇਰਾ ਡੰਡਾ ਛੱਡ ਉਹ ਡੰਡਾ ਛੱਡ ਦੇ ਉਹ ਮੇਰਾ ਡੰਡਾ ਛੱਡ ਦੇ ਉਹ ਮੈਂ ਕਹਿੰਦਾ ਡੰਡਾ ਛੱਡ ਦੇ ਹੋਈ ਛੋਡੇ ਡੰਡਾ ਚੱਕ ਲਿਆ ਤੇ ਮੇਰਾ ਬੱਚਾ ਚੱਕ ਲਿਆ ਮੈਂ ਤਾਂ ਛੱਡਾ ਛੱਡ ਲੈ ਛੱਡ ਲੈ ਮੇਰਾ ਡੰਡਾ ਛੱਡ ਦੇ ਯਾਰ ਬੜੇ ਮੈਂ ਸਾਰੇ ਸੁੱਟ ਮਾਰੂ ਹਾਏ ਹਾਏ ਇੱਥੇ ਖੜੋ ਓ ਸੰਜੀਵ ਸਿੰਘ ਜਨਾਬ ਦੱਸ ਇਹਨਾਂ ਨੂੰ ਲੂਣ ਤੇ ਮਿਰਚ ਵਿੱਚ ਕੀ ਫਰਕ ਹੁੰਦਾ ਦੱਸ ਠੀਕ ਹੈ ਜਨਾਬ ਡੰਗਰਾਂ ਵਾਂਗੂ ਕੁੱਟਣ ਲੱਗ ਗਿਆ ਖੜ ਜਾ ਕਮੈਂਟ ਪਿੰਡ ਧਰਦਾ ਮੈਂ ਅੱਖਾਂ ਵਿੱਚੋਂ ਹਾਂ ਲਓ ਜੀ ਓਏ ਮਾਰ ਗਿਆ ਓਏ